ਜੇ ਤੁਸੀਂ ਸਟੂਡੈਂਟ ਵੀਜ਼ਾ ਜਾਂ ਟੀਆਰ ਐਕਸਟੈਂਸ਼ਨ ਜਾਂ ਕੋਈ ਵੀ ਵੀਜ਼ਾ ਆਸਟ੍ਰੇਲੀਆ ਵਿੱਚ ਅਪਲਾਈ ਕੀਤਾ ਤੇ ਵੀਡੀਓ ਨੂੰ ਧਿਆਨ ਨਾਲ ਸੁਣਿਓ ਕੀ ਹੋ ਰਿਹਾ ਅੱਜਕੱਲ ਕਿ ਜਦੋਂ ਤੁਸੀਂ ਕੋਈ ਵੀਜ਼ਾ ਅਪਲਾਈ ਕਰਦੇ ਹੋ ਡਿਪਾਰਟਮੈਂਟ ਦਾ ਜਿਹੜਾ ਆਨਲਾਈਨ ਸਿਸਟਮ ਹੈ ਇਹ ਆਟੋ ਮੈਡੀਕਲ ਜਨਰੇਟ ਕਰ ਦਿੰਦਾ ਹੈ ਕਿ ਮਤਲਬ ਕਿ ਤੁਹਾਨੂੰ ਇੱਕ ਈਮੇਲ ਜਨਰੇਟ ਕਰ ਦਿੰਦਾ ਹੈ ਕਿ ਤੁਸੀਂ ਮੈਡੀਕਲ ਆਪਣਾ ਕਰਵਾ ਲਓ ਪੁਰਾਣੇ ਟਾਈਮ ਵਿੱਚ ਇਦਾਂ ਨਹੀਂ ਸੀ ਹੁੰਦਾ ਕੇਸ ਅਫਸਰ ਤੁਹਾਡੀ ਫਾਈਲ ਖੋਲਦਾ ਸੀ ਉਹ ਮੈਡੀਕਲ ਮੰਗਦਾ ਸੀ ਜੇ ਉਹਨੂੰ ਚਾਹੀਦਾ ਹੁੰਦਾ ਸੀ ਤੇ ਫਿਰ ਤੁਸੀਂ ਮੈਡੀਕਲ ਕਰਵਾਉਣਾ ਹੁੰਦਾ ਸੀ ਹੁਣ ਕਾਫੀ ਸਟੂਡੈਂਟ ਨੇ ਜੋ ਇਸ ਚੀਜ਼ ਨੂੰ ਬੜੇ ਲਾਈਟਲੀ ਲੈ ਰਹੇ ਨੇ ਕਿ ਕੋਈ ਗੱਲ ਨਹੀਂ ਮੈਡੀਕਲ ਜਾਂ ਡੇਟ ਨਹੀਂ ਮਿਲ ਰਹੀ ਕਰਵਾ ਲਾਂਗੇ ਫਾਈਲ ਖੁੱਲੀ ਨਹੀਂ ਆ ਤੇ ਉਹ ਇਹਨੂੰ ਅੱਗੇ ਪਾ ਰਹੇ ਨੇ ਹੁਣ ਦੇਖਣ ਵਿੱਚ ਆਇਆ ਕਿ ਡਿਪਾਰਟਮੈਂਟ ਦੇ ਜੇ ਕਿਸੇ ਕੇਸ ਅਫਸਰ ਨੇ ਫਾਈਲ ਖੋਲ ਲਈ ਉਸਨੇ ਦੇਖ ਲਿਆ ਕਿ ਇਹਨੂੰ ਆਲਰੇਡੀ 28 ਦਿਨਵਾਰੀ ਸਿਸਟਮ ਨੇ ਈਮੇਲ ਕੀਤੀ ਹੋਈ ਆ ਤੇ ਬੰਦੇ ਨੇ ਮੈਡੀਕਲ ਨਹੀਂ ਕਰਵਾਇਆ ਤੋਂ ਸਿੱਧਾ ਹੀ ਉਹਨਾਂ ਦੀ ਰਿਫਿਊਜ਼ਲ ਦੇ ਰਹੇ ਨੇ ਉਹਨ ਦੂਜਾ ਮੌਕਾ ਨਹੀਂ ਦੇ ਰਹੇ ਸੋ ਜੇ ਕਿਸੇ ਨੇ ਫਾਈਲ ਲਗਵਾਈ ਹੈ ਜੇ ਤੁਹਾਡੇ ਕਿਸੇ ਯਾਰ ਦੋਸਤ ਜਾਂ ਰਿਲੇਟਿਵ ਨੇ ਫਾਈਲ ਲਗਵਾਈ ਹੈ ਕਿਸੇ ਵੀ ਏਜੰਟ ਕੋ ਲਗਵਾਈ ਹੈ ਇਹਨਾਂ ਮੇਕ ਸ਼ੋਰ ਕਰ ਲੋਗੇ ਤੁਹਾਨੂੰ ਜਿਹੜੀ ਮੈਡੀਕਲ ਦੀ ਈਮੇਲ ਆ ਉਹ ਆ ਗਈ ਹੈ ਜੇ ਮੈਡੀਕਲ ਦੀ ਈਮੇਲ ਆਈ ਹੈ ਕੀ ਤੁਸੀਂ ਮੈਡੀਕਲ ਬੁੱਕ ਕਰਵਾ ਲਿਆ ਕਿਉਂਕਿ ਅੱਜ ਕੱਲ ਬੂਪਾ ਦੀਆਂ ਡੇਟਸ ਵੀ ਥੋੜੀਆਂ ਮਿਲਣੀਆਂ ਮੁਸ਼ਕਲ ਹੋਈਆਂ ਨੇ ਤੇ ਜੇ ਤੁਸੀਂ ਮੈਡੀਕਲ ਨਹੀਂ ਬੁੱਕ ਕਰਵਾਇਆ ਤੇ ਆਪਣੇ ਏਜੰਟ ਨੂੰ ਕਹਿ ਕੇ ਤੁਸੀਂ ਇਮੀਗ੍ਰੇਸ਼ਨ ਦੇ ਕੇਸ ਅਫਸਰ ਜੋ ਵੀ ਤੁਹਾਡਾ ਹੈ ਉਹਨੂੰ ਕਹਿ ਸਕਦੇ ਹੋ ਕਿ ਐਕਸਟੈਂਸ਼ਨ ਦੇ ਦਿਓ ਕਿ ਅਸੀਂ ਮੈਡੀਕਲ ਬੁੱਕ ਕਰਵਾ ਰਹੇ ਹਾਂ ਪਰ ਸਾਨੂੰ ਡੇਟ ਨਹੀਂ ਮਿਲ ਰਹੀ ਤੇ ਜੇ ਬੁਕਿੰਗ ਮਿਲ ਗਈ ਹੈ ਤਾਂ ਉਹਨੂੰ ਫਾਈਲ ਦੇ ਨਾਲ ਅਟੈਚ ਕਰ ਦਿਓ ਤਾਂ ਕਿ ਕੋਈ ਵੀ ਕੇਸ ਅਫਸਰ ਜੋ ਤੁਹਾਡੀ ਫਾਈਲ ਖੋਲੇ ਉਹ ਸਿੱਧਾ ਹੀ ਇਸ ਬੇਸ ਤੇ ਰਿਫਿਊਜ਼ਲ ਨਾ ਦੇਵੇ ਕਿ ਤੁਸੀਂ ਮੈਡੀਕਲ ਨਹੀਂ ਕਰਵਾਇਆ so be careful and talk to your agent thank you